ਅਕਾਲ ਦੋਸਤੇ, ਮੈਂ ਰਿਸ਼ਨ ਸਿੱਧੂ, ਤੁਸੀਂ ਦੇਖ ਰਹੇ ਹੋ ਫਾਸਟ ਨਿਊਜ਼ ਟੁਡੇ। ਅੱਜ ਗੱਲ ਕਰਾਂਗੇ ਆਨਲਾਈਨ ਠੱਗੀ ਦੇ ਗਰੋਹ ਬਾਰੇ। ਸਾਈਬਰ ਕ੍ਰਾਈਮ ਹੈ ਜਿਹੜਾ ਉਹ ਵੱਧ ਰਿਹਾ ਹੈ ਦਿਨੋਂ ਦਿਨ। ਲੋਕ ਭੋਲੇ ਭੋਲੇ ਲੋਕਾਂ ਦੇ ਨਾਲ ਨਾਲ ਪੜ੍ਹੇ ਲਿਖੇ ਲੋਕ ਵੀ ਹੈ ਜਿਹੜੇ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹੈ। ਪੁਲਿਸ ਤੱਕ ਬਹੁਤ ਸਾਰੇ ਮਾਮਲੇ ਪਹੁੰਚਦੇ, ਬਹੁਤ ਸਾਰੇ ਨਹੀਂ ਪਹੁੰਚਦੇ, ਪਰ ਆਪਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿਸ ਤਰ੍ਹਾਂ ਆਪਾਂ ਇਨ ਠੱਗਾਂ ਤੋਂ ਬਚ ਸਕਦੇ ਹਾਂ ਔਰ ਕਿਸ ਤਰ੍ਹਾਂ ਦੇ ਜਿਹੜੇ ਠੱਗੀ ਦੇ ਤੌਰ ਤਰੀਕੇ ਅਪਣਾਉਂਦੇ ਆ ਉਹਨਾਂ ਬਾਰੇ ਕੁਛ ਗੱਲ ਕਰਾਂਗੇ। ਇਸ ਤੋਂ ਪਹਿਲਾਂ ਪਿਛਲੇ ਦਿਨਾਂ 'ਚ ਕੁਛ ਆਨਲਾਈਨ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਬਾਰੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਸ਼ਿਕਾਰ ਬਣਾਇਆ ਗਿਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਝੋਲ ਰੋਹੀ ਦੇ ਪਿੰਡ ਰੋੜੀ ਥਾਣੇ ਦਾ ਪਿੰਡ ਹੈ ਜਿਹੜਾ, ਉੱਥੋਂ ਦਾ ਇੱਕ ਮਜ਼ਦੂਰ ਪਰਿਵਾਰ ਸੀ ਤੇਜਾ ਸਿੰਘ। ਤੇਜਾ ਸਿੰਘ ਕੋਲੇ ਫੋਨ ਆਉਂਦਾ ਹੈ ਕਿ ਸਰ ਤੁਹਾਡਾ ਨੰਬਰ ਹੈ ਜਿਹੜਾ ਉਹ ਕੰਪਨੀ ਨੇ ਲੱਕੀ ਡਰਾ ਕੱਢਿਆ ਹੈਗਾ, ਉਹ 'ਚ ਤੁਹਾਡਾ ਨੰਬਰ ਚੁਣਿਆ ਗਿਆ ਔਰ ਤੁਹਾਨੂੰ 25 ਲੱਖ ਰੁਪਏ ਦੀ ਹੈ ਜਿਹੜੀ ਲੋਟਰੀ ਲੱਗੀ ਆ, ਤੁਸੀਂ ਇਹ ਲੋਟਰੀ ਲੈਣਾ ਚਾਹੁੰਦੇ ਹੋ ਜਾਂ ਨਹੀਂ। ਦੋਸਤੋ, 25 ਲੱਖ ਰੁਪਏ ਦੀ ਬਹੁਤ ਵੱਡੀ ਕੀਮਤ ਹੁੰਦੀ ਹੈ ਔਰ ਇੱਕ ਖਾਸ ਕਰਕੇ ਜਦੋਂ ਮਜ਼ਦੂਰ ਪਰਿਵਾਰ ਕੋਲ ਇਸ ਤਰ੍ਹਾਂ ਦਾ ਮੈਸੇਜ ਆਵੇ ਕਿ ਇੰਨੀ ਵੱਡੀ ਰਕਮ ਹੈ ਤਾਂ ਵੱਡੇ ਵੱਡਿਆਂ ਦੇ ਵੀ ਹੈ ਜਿਹੜੇ ਉਹ ਲਾਲਚ 'ਚ ਆ ਜਾਂਦੇ ਆ। ਤਾਂ ਤੇਜਾ ਸਿੰਘ ਨੇ ਵੀ ਇਸੇ ਤਰ੍ਹਾਂ ਹੀ ਕਿਹਾ ਕਿ ਹੋ ਸਕਦਾ ਹੈ 25 ਲੱਖ ਦੀ ਲਾਟਰੀ ਹੈ ਲੱਗੀ ਆ ਔਰ ਸਾਡੇ ਜਿਹੜੇ ਗਰੀਬੀ ਥੱਲੇ ਅਰਮਾਨ ਦੱਬੇ ਪਏ ਆ ਉਹ 25 ਲੱਖ ਰੁਪਇਆ ਆ ਕੇ ਸਾਡੀਆਂ ਖੁਸ਼ੀਆਂ ਜਿਹੜੀਆਂ ਉਹ ਸਾਡੇ ਘਰ ਆ ਸਕਦੀਆਂ, ਗਰੀਬੀ ਦੂਰ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਤੇਜਾ ਸਿੰਘ ਨੇ ਕਿਹਾ ਕਿ ਸਰ ਅਸੀਂ ਜਿਹੜਾ ਹੈ ਇਹ ਲੋਟਰੀ ਲੈਣਾ ਚਾਹੁੰਦੇ ਹਾਂ, ਕੀ ਕਰਨਾ ਪਊਗਾ? ਉਹ ਇੱਕ ਹੋਰ ਨੰਬਰ ਦਿੰਦੇ ਆ ਕਿ ਸਾਡੇ ਅਫਸਰਾਂ ਨਾਲ ਇਹ ਗੱਲ ਕਰੋ, ਆਹ ਨੰਬਰ ਹੈ, ਔਰ ਉਸ ਤੋਂ ਬਾਅਦ ਉਹ ਜਿਹੜੀ ਹੈ ਪੇਮੈਂਟ ਪਾਸ ਕਰ ਦੇਣਗੇ, ਫਿਰ ਤੁਹਾਡੇ ਖਾਤੇ 'ਚ ਭੇਜ ਦਿੱਤੀ ਜਾਊਗੀ ਜਾਂ ਤੁਹਾਡੇ ਘਰ ਆ ਕੇ ਸਾਡਾ ਕਰਮਚਾਰੀ ਇਹ ਪੇਮੈਂਟ ਦੇ ਜਾਊਗਾ। ਤਾਂ ਪੂਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਔਰ ਉਹਨਾਂ ਨੇ ਕਿਹਾ ਕਿ ਇੱਕ ਫਾਈਲ ਚਾਰਜ ਲੱਗੂਗਾ ਜਿਹੜਾ 25 ਲੱਖ ਰੁਪਏ ਦੀ ਫਾਈਲ ਜਿਹੜੀ ਉਹ ਲੋਟਰੀ ਦੀ ਬਣਨੀ ਹੈ, 25,000 ਰੁਪਇਆ ਤੁਹਾਨੂੰ ਜਮ੍ਹਾਂ ਕਰਾਉਣਾ ਪਏਗਾ। ਉਹ ਬੈਂਕ ਦਾ ਖਾਤਾ ਦਿੰਦੇ ਆ, ਖਾਤੇ ਵਿੱਚ ਹੈ ਤੇਜਾ ਸਿੰਘ, ਖੁਸ਼ੀ ਖੁਸ਼ੀ 25,000 ਰੁਪਏ ਉਹਦੇ ਜਮ੍ਹਾਂ ਕਰਵਾਇਆ ਹੁੰਦਾ। ਅਗਲੇ ਦਿਨ ਫਿਰ ਫੋਨ ਆਉਂਦਾ ਹੈ ਕਿ ਤੇਜਾ ਸਿੰਘ ਜੀ, ਤੁਹਾਡੀ ਹੈ ਜਿਹੜੀ ਲੋਟਰੀ ਹੈ ਉਹ ਜਿਹੜੀ ਰਾਸ਼ੀ ਹੈ ਉਹ ਪਾਸ ਹੋ ਗਈ ਹੈ ਔਰ ਤੁਹਾਨੂੰ ਦੇਣ ਤੋਂ ਪਹਿਲਾਂ ਇਹ ਜਿਹੜਾ ਟੈਕਸ ਭਰਨਾ ਪਊਗਾ, ਤੁਹਾਨੂੰ ਟੈਕਸ ਦੇ ਰੂਪ 'ਚ 40,000 ਰੁਪਏ ਹੋਰ ਜਮ੍ਹਾਂ ਕਰਾਉਣੇ ਪੈਣਗੇ। ਉਹ ਹੋਰ ਨਵਾਂ ਬੈਂਕ ਦਾ ਖਾਤਾ ਦਿੰਦੇ ਹੈ, ਬਹੁਤ ਵੱਡੀ ਰਕਮ ਸੀ 25 ਲੱਖ, ਪਰ ਤੇਜਾ ਸਿੰਘ ਨੂੰ ਲੱਗਦਾ ਸੀ ਕਿ ਸਾਡੇ ਜਿਹੜੀ ਹੈ ਗਰੀਬੀ ਉਹ ਦੂਰ ਹੋ ਜਾਏਗੀ 25 ਲੱਖ ਨਾਲ। ਘਰੇ ਪਿਆ ਸਿਆਉਣਾ ਸੀ ਜਿਹੜਾ ਉਹ ਵੀ ਉਹ ਵੇਚ ਦਿੰਦਾ ਹੈ ਔਰ 40,000 ਰੁਪਏ ਲੈ ਕੇ ਸਰਸੇ ਦੇ ਇੱਕ ਬੈਂਕ 'ਚ ਜਮ੍ਹਾਂ ਕਰਵਾਇਆ ਹੁੰਦਾ ਬ੍ਰਾਂਚ 'ਚ। ਦਿਨ ਲੰਘਦੇ ਆ, 25 ਲੱਖ ਦਾ ਇੰਤਜ਼ਾਰ ਕੀਤਾ ਜਾਂਦਾ, ਨਾ ਤਾਂ 25 ਲੱਖ ਆਉਂਦੇ ਆ, ਪਰ ਫੋਨ ਆਉਂਦਾ ਤਾਂ ਹੋਰ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ। ਪਰ ਉਦੋਂ ਤੇਜਾ ਸਿੰਘ ਨੂੰ ਲੱਗਦਾ ਹੈ ਕਿ ਪੈਸੇ ਆ ਜਿਹੜੇ ਉਹ ਕਮਾਈ, ਮਿਹਨਤ ਦੀ ਕਮਾਈ ਸੀ ਉਹਦਾ ਸਾਰੀ ਉਹ ਜਮ੍ਹਾਂ ਕਰਵਾ ਦਿੱਤੀ। ਫਿਰ ਉਹ ਕਿਸੇ ਹੋਰ ਅੜੋਸੀ ਪੜੋਸੀ ਕਿਸੇ ਦੋਸਤ ਮਿੱਤਰ ਨੂੰ ਗੱਲ ਕਰਦਾ ਕਿ ਇਸ ਤਰ੍ਹਾਂ ਦਾ ਸੀ ਮੈਟਰ ਸੀ ਔਰ ਮੈਂ 65,000 ਰੁਪਏ ਆ ਜਿਹੜੇ ਉਹ ਮੈਂ ਜਮ੍ਹਾਂ ਵੀ ਕਰਵਾ ਦਿੱਤੇ। ਤਾਂ ਉਹਨਾਂ ਨੇ ਦੱਸਿਆ ਕਿ ਕੋਈ ਲੋਟਰੀ ਇਸ ਤਰ੍ਹਾਂ ਦੀ ਨਹੀਂ ਲੱਗਦੀ, ਨਾ ਕੋਈ ਕੰਪਨੀ ਕਿਸੇ ਨੂੰ ਇੰਨੇ ਪੈਸੇ ਦਿੰਦੀ ਆ, ਔਰ ਤੁਸੀਂ ਐਂ ਜਿਹੜਾ ਠੱਗੀ ਦਾ ਸ਼ਿਕਾਰ ਹੋ ਚੁੱਕੇ ਹੋ। ਤੇਜਾ ਸਿੰਘ ਨੂੰ ਉਦੋਂ ਪਤਾ ਲੱਗਿਆ ਜਦੋਂ ਆਪਣੀ ਮਿਹਨਤ ਦੀ ਕਮਾਈ ਦਾ ਸਭ ਕੁਛ ਲੁਟਾ ਚੁੱਕਿਆ ਸੀ। ਕੁਛ ਸੂਝਵਾਨ ਲੋਕਾਂ ਨੇ ਉਹਨਾਂ ਨੂੰ ਰਾਏ ਦਿੱਤੀ ਕਿ ਤੁਸੀਂ ਪੁਲਿਸ ਨੂੰ ਮਿਲੋ, ਮੀਡੀਆ ਨਾਲ ਰੂਬਰੂ ਹੋ ਕੇ ਆਪਣੀ ਗੱਲ ਰੱਖੋ ਤਾਂ ਕਿ ਹੋਰ ਲੋਕ ਹੈ ਜਿਹੜੇ ਉਹ ਠੱਗੀ ਦਾ ਸ਼ਿਕਾਰ ਨਾ ਹੋ ਸਕਣ। ਪਰ ਲੋਕ ਲਾਜ, ਲੋਕਾਂ ਦੇ ਤਾਨੇ ਮਿਹਣੇ, ਲੋਕਾਂ ਦੇ ਹਾਸੀ ਦਾ ਪਾਤਰ ਬਣਨ ਤੋਂ ਡਰ ਕਰਕੇ ਤੇਜਾ ਸਿੰਘ ਨਾ ਤਾਂ ਪੁਲਿਸ ਕੋਲੇ ਸ਼ਿਕਾਇਤ ਲੈ ਕੇ ਪਹੁੰਚਦਾ ਔਰ ਨਾ ਹੀ ਮੀਡੀਆ ਕੋਲ ਆਉਂਦਾ। ਦੋਸਤੋ, ਇਸ ਠੱਗੀ ਦੇ ਨਾਲ ਇੱਕ ਮਿਲਦਾ ਜੁਲਦਾ ਹੋਰ ਪਿੰਡ ਬੱਪਾਂ ਦਾ ਤੁਹਾਨੂੰ ਦੱਸ ਰਹੇ ਹਾਂ। ਬੱਪਾਂ ਦਾ ਵਿਜੇ ਕੁਮਾਰ ਨਾਂ ਦੇ ਸ਼ਖਸ ਕੋਲ ਇੱਕ ਫੋਨ ਆਉਂਦਾ 2 ਦਿਨ ਪਹਿਲਾਂ ਕਿ ਸਾਡਾ ਇੱਕ ਇੱਥੇ, ਮੈਂ ਸ਼ਰਮਾ ਨਾਂ ਦਾ ਬੰਦਾ ਬੋਲ ਰਿਹਾ, ਔਰ ਇੱਥੇ ਕੋਈ ਬੰਦਾ ਰਹਿੰਦਾ, ਉਸਨੂੰ ਪੈਸੇ ਦੇਣੇ ਆ ਔਰ 10,000 ਰੁਪਏ ਉਹਦੇ ਪਰ ਖਾਤਾ ਨਹੀਂ ਹੈਗਾ ਉਹਦੇ ਕੋਲ, ਔਰ ਤੁਸੀਂ ਤੁਹਾਡਾ ਖਾਤਾ ਨੰਬਰ ਦੇ ਦਿਓ, ਅਸੀਂ ਖਾਤੇ 'ਚ ਤੁਹਾਨੂੰ ਪੈਸੇ ਦੇ ਦਿੰਦੇ ਹਾਂ ਔਰ ਉਹ ਕੱਲ੍ਹ ਨੂੰ ਆ ਕੇ ਤੁਹਾਡੇ ਤੋਂ ਪੇਮੈਂਟ ਲੈ ਜਾਏਗਾ। ਕੋਈ ਉਹਨਾਂ ਦਾ ਸ਼ਰਮਾ ਨਾਂ ਦਾ ਕੋਈ ਜਾਣਕਾਰ ਸੀਗਾ, ਪਹਿਲਾਂ ਲੈਣ ਦੇਣ ਹੁੰਦਾ ਸੀ, ਇਸੇ ਕਰਕੇ ਉਹਨਾਂ ਨੇ ਵੀ ਜ਼ਿਆਦਾ ਤਸਦੀਕ ਨਹੀਂ ਕੀਤੀ ਔਰ ਉਹਨਾਂ ਨੇ ਆਪਣਾ ਅਕਾਊਂਟ ਨੰਬਰ ਦੇ ਤਾ। ਅਕਾਊਂਟ ਨੰਬਰ ਦੇਣ ਤੋਂ ਬਾਅਦ ਜਿਹੜਾ ਉਹ OTP ਮੰਗੀ, ਉਸ ਤੋਂ ਜਾਂ ਉਹਨਾਂ ਨੇ ਲਿੰਕ ਭੇਜਿਆ, ਜਦੋਂ ਹੀ ਉਹ ਓਪਨ ਕਰਦੇ ਆ ਤਾਂ 49,000 ਰੁਪਏ ਦੀ ਦੋਸਤੋ ਹੈ ਜਿਹੜੀ ਉਹ ਰਾਸ਼ੀ ਆ ਉਹ ਠੱਗ ਆਪਣੇ ਖਾਤੇ 'ਚ ਟ੍ਰਾਂਸਫਰ ਕਰ ਲੈਂਦੇ ਆ। ਇਸ ਮਾਮਲੇ ਦੀ ਸ਼ਿਕਾਇਤ ਹੈ ਜਿਹੜੀ ਵੱਡਾ ਕੋੜਾ ਥਾਣਾ ਪਹੁੰਚੀ ਔਰ ਪੁਲਿਸ ਇਸ ਦੀ ਕਾਰਵਾਈ ਕਰ ਰਹੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਦੋਸਤੋ ਠੱਗੀਆਂ ਦੇ ਤੁਹਾਨੂੰ ਦੱਸਦੇ ਹਾਂ ਕਿਹੜੇ ਕਿਹੜੇ ਜ਼ਰੀਏ ਜਿਹੜੇ ਠੱਗੀਆਂ ਕਰਦੇ ਆ। OLX 'ਤੇ ਗੱਡੀਆਂ ਦੇ ਖਰੀਦ ਵੇਚ,
ਨਾਲ ਹੈਗੀ ਆ ਉਹ ਉੱਥੇ ਵੀ ਤੁਸੀਂ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ। ਇੱਕ ਇੱਕ ਕਰਕੇ ਤੁਹਾਨੂੰ ਕੁਝ ਛੋਟੇ ਛੋਟੇ ਪਹਿਲੂ ਦੱਸਾਂਗੇ ਤਾਂ ਕਿ ਤੁਹਾਡੇ ਆਉਣ ਵਾਲੇ ਟਾਈਮ 'ਚ ਤੁਹਾਡੇ ਕੰਮ ਆ ਸਕਣ ਔਰ ਤੁਸੀਂ ਬਚੋ ਔਰ ਤੁਹਾਡੇ ਨਾਲ ਜਿਹੜੇ ਹੋਰ ਤੁਹਾਡੇ ਦੋਸਤ ਮਿੱਤਰ ਉਹ ਵੀ ਠੱਗੀ ਦਾ ਸ਼ਿਕਾਰ ਨਾ ਹੋ ਸਕਣ। ਉਹ ਅਲੈਕਸ ਤੇ ਦੋਸਤੋ ਆਪਾਂ ਗੱਡੀ ਦਾ ਜਿਹੜਾ ਖਰੀਦ ਵੇਚ ਦਾ ਆਪਾਂ ਪਾਉਂਦੇ ਹਾਂ ਸੇਲ ਕਰਨ ਵਾਸਤੇ, ਤਾਂ ਚਾਹੇ ਤੁਸੀਂ ਖਰੀਦ ਰਹੇ ਹੋ ਚਾਹੇ ਤੁਸੀਂ ਸੇਲ ਕਰ ਰਹੇ ਹੋ, ਦੋਨਾਂ ਤਰੀਕਿਆਂ 'ਚ ਠੱਗ ਤੁਹਾਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਸਕਦੇ ਹੋ। ਕਿਸ ਤਰ੍ਹਾਂ, ਜੇ ਤੁਸੀਂ ਸੇਲ ਕਰ ਰਹੇ ਹੋ ਤਾਂ ਤੁਹਾਡੇ ਕੋਲੇ ਠੱਗ ਤੁਹਾਡੇ ਤੋਂ ਆਈਡੀ ਪਰੂਫ ਵਟਸਐਪ ਕਰਵਾਉਣਗੇ ਕਿ ਤੁਸੀਂ ਇਹ ਮੈਨੂੰ ਪਹਿਲਾਂ ਆਈਡੀਆਂ ਦਿਖਾਓ ਤੁਹਾਡੀਆਂ ਕਿ ਸਹੀ ਹੈ ਫੇਕ ਤਾਂ ਨਹੀਂ ਹੈ। ਤੁਸੀਂ ਆਪਣੇ ਸਾਰੇ ਬਾਇਓਡਾਟਾ ਜਿਹੜਾ ਉਹਦੇ ਕੋਲੇ ਭੇਜ ਦਿਓਗੇ, ਸਾਰੀਆਂ ਫੋਟੋਆਂ ਭੇਜ ਦਿਓਗੇ, ਉਹ ਆਪਣੀ ਸੇਵ ਰੱਖ ਲੈਣਗੇ। ਫਿਰ ਉਹ ਕਹਿਣਗੇ ਕਿ ਤੁਹਾਨੂੰ ਅਸੀਂ ਜੇ ਮੰਨ ਲਓ 20-25 ਹਜ਼ਾਰ ਰੁਪਏ ਦੀ ਕੋਈ ਆਈਟਮ ਹੈਗੀ ਆ ਤਾਂ ਉਹ ਤੁਹਾਨੂੰ 1000-2000 ਰੁਪਏ ਤੁਹਾਡੇ ਖਾਤੇ 'ਚ ਤੁਹਾਡੇ ਜਮ੍ਹਾਂ ਵੀ ਕਰਵਾ ਦੇਣਗੇ। ਉਹ ਕਹਿਣਗੇ ਕਿ ਸਰ ਹਲੋ ਸਾਡਾ ਜਿਹੜਾ ਹੈਗਾ ਇਹ ਪ੍ਰੋਡਕਟ ਅਸੀਂ ਲਵਾਂਗੇ, ਬੁੱਕ ਕਰ ਲਿਆ। ਫਿਰ ਤੁਸੀਂ ਉਹ ਆਖਣਗੇ ਤੁਸੀਂ ਅਸੀਂ ਲੈਣਾ ਨਹੀਂ ਚਾਹੁੰਦੇ, ਤੁਹਾਨੂੰ ਕਹਿਣਗੇ ਔਰ ਤੁਸੀਂ ਪੈਸੇ ਵਾਪਸ ਕਰਨ ਵਾਸਤੇ ਕੋਸ਼ਿਸ਼ ਕਰੋਗੇ, ਤੁਹਾਨੂੰ ਉਹ ਲਿੰਕ ਭੇਜਣਗੇ ਤਾਂ ਉਹ ਲਿੰਕ ਓਪਨ ਕਰਦੇ ਤੁਹਾਡੇ ਖਾਤੇ 'ਚੋਂ ਪੈਸੇ ਜਾ ਸਕਦੇ। ਦੂਜੀ ਠੱਗੀ ਹੈ ਜੇ ਤੁਸੀਂ ਚੀਜ਼ ਔਨਲਾਈਨ ਖਰੀਦ ਰਹੇ ਹੋ, ਅਲੈਕਸ ਤੇ ਗੱਡੀ ਖਰੀਦ ਰਹੇ ਹੋ, ਲੈਪਟਾਪ ਮੋਬਾਈਲ ਖਰੀਦ ਰਹੇ ਹੋ, ਸਭ ਤੋਂ ਵੱਡਾ ਪੁਆਇੰਟ ਤਾਂ ਇਹ ਹੈ ਕਿ ਜਿਹੜੀ ਚੀਜ਼ ਦਾ ਤੁਸੀਂ ਰੇਟ ਦੇਖੋਗੇ, ਮੰਨ ਲਓ ਐਪਲ ਦਾ ਮੋਬਾਈਲ ਆ ਜਾਂ ਕੋਈ ਹੋਰ ਮਹਿੰਗੀ ਕੰਪਨੀ ਦਾ ਕੋਈ ਕੰਪਿਊਟਰ ਲੈਪਟਾਪ ਹੈ ਤਾਂ ਜਾਂ ਗੱਡੀ ਹੈ, ਪਹਿਲੀ ਗੱਲ ਤਾਂ ਉਹਦਾ ਰੇਟ ਹੈ ਬਹੁਤ ਹੀ ਘੱਟ ਰੇਟ ਦਿੱਤਾ ਹੋਊਗਾ। ਜੇ ਗੱਡੀ ਹੈ ਕੋਈ 5 ਲੱਖ ਦੀ ਗੱਡੀ ਦਾ ਰੇਟ ਹੈ ਜਾਂ 4 ਲੱਖ ਦੀ ਹੈ ਤਾਂ ਤੁਹਾਨੂੰ ਉਹ 1.5 ਜਾਂ 2 ਲੱਖ ਰੁਪਏ ਦਾ ਉੱਥੇ ਮਿਲੂਗਾ ਉਹ ਐਲੈਕਸ 'ਤੇ। ਔਰ ਆਪਾਂ ਲਾਲਚ ਕਰ ਦਿੰਦੇ ਹਾਂ ਕਿ ਇੰਨੀ ਸਸਤੀ ਗੱਡੀ, ਜਦੋਂ ਆਪਾਂ ਕਾਲ ਕਰਦੇ ਹਾਂ ਜ਼ਿਆਦਾਤਰ ਠੱਗ ਗਰੋਹ ਹੈ ਜਿਹੜਾ ਉਹ ਫੌਜੀਆਂ ਦੀ ਆੜ 'ਚ ਠੱਗੀ ਕਰਦੇ ਆ ਕਿ ਅਸੀਂ ਭਾਰਤੀ ਫੌਜ ਦੇ ਸਿਪਾਹੀ ਹਾਂ, ਫੌਜ 'ਚ ਲੱਗੇ ਹੋਏ ਹਾਂ, ਔਰ ਲੋਕੇਸ਼ਨ ਹੈ ਜਿਹੜੀ ਉਹ ਆਪਣੇ ਨੇੜੇ ਤੇੜੇ ਦੀ ਮਿਲੂਗੀ, ਹਿਸਾਰ, ਬਠਿੰਡਾ, ਸਿਰਸਾ ਦੀ ਹੋ ਸਕਦੀ ਹੈ, ਭਿਵਾਣੀ ਦੀ, ਜਿੱਥੇ ਜ਼ਿਆਦਾਤਰ ਫੌਜੀਆਂ ਦੀਆਂ ਛਾਉਣੀਆਂ ਬਣੀਆਂ ਹੋਈਆਂ ਹੈ, ਔਰ ਤਾਂ ਕਿ ਆਪਾਂ ਨੂੰ ਯਕੀਨ ਵੀ ਹੋ ਸਕੇ ਕਿ ਹਾਂ ਹੋ ਸਕਦਾ ਹੈ ਬਾਕੀ ਇਹ ਫੌਜ 'ਚ ਹੋਊਗਾ। ਉਹ ਕਿਸੇ ਫੌਜੀ ਦੀਆਂ ਆਰਮੀ ਦੀਆਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਵੇਂ ਆਈਡੀ ਤੁਹਾਡੇ ਤੋਂ ਮੰਗਵਾਉਂਦੇ ਆ ਉਹ ਕੋਈ ਚੀਜ਼ ਖਰੀਦਣ ਵਾਸਤੇ, ਇਸੇ ਤਰ੍ਹਾਂ ਹੀ ਉਹਨਾਂ ਨੇ ਆਈਡੀ ਪਰੂਫ ਹੈ ਜਿਹੜੇ ਉਹ ਪਹਿਲਾਂ ਇਕੱਠੇ ਕਰ ਰੱਖੇ ਹੁੰਦੇ ਆ, ਜੋ ਤੁਹਾਨੂੰ ਵਟਸਐਪ ਕਰਨਗੇ ਤੁਹਾਨੂੰ ਯਕੀਨ ਹੋ ਜੂਗਾ ਕਿ ਵਾਕਈ ਇਹ ਫੌਜੀ ਹੈ। ਉਹ ਉਹਨਾਂ ਦੇ ਆਪਦਾ ਫੌਜ ਦਾ ਆਈ ਕਾਰਡ ਦਿਖਾਉਣਗੇ, ਪੈਨ ਕਾਰਡ ਹੈ, ਫੋਟੋ ਹੈ ਵਗੈਰਾ ਹੈ, ਸਾਰੀਆਂ ਉਹ ਕਿਸੇ ਫੌਜੀ ਦੀਆਂ ਉਹਨਾਂ ਨੇ ਚੁਰਾਈਆਂ ਹੁੰਦੀਆਂ ਜਾਂ ਉਹ ਮੰਗਵਾਈਆਂ ਹੁੰਦੀਆਂ ਇਸੇ ਤਰ੍ਹਾਂ ਹੀ ਕੋਈ ਚੀਜ਼ ਖਰੀਦਣ ਦੇ ਮਾਮਲੇ 'ਚ, ਤਾਂ ਸਾਨੂੰ ਯਕੀਨ ਹੋ ਜਾਂਦਾ। ਫਿਰ ਉਹ ਕਹਿਣਗੇ ਕਿ ਹੁਣ ਅਸੀਂ ਜਮਸ਼ੇਦਪੁਰ ਸਾਡੀ ਟ੍ਰਾਂਸਫਰ ਹੋ ਗਈ ਹੈ ਜਾਂ ਸਾਡੇ ਮਹਾਰਾਸ਼ਟਰ ਦੂਰ ਦੱਸਣਗੇ 300-400 ਕਿਲੋਮੀਟਰ ਜਿੱਥੇ ਆਪਾਂ ਉਹ ਚੀਜ਼ ਲੈ ਕੇ ਆਉਣ ਜਾਣ ਦੇ ਸਮਰੱਥ ਨਹੀਂ ਹੁੰਦੇ। ਫਿਰ ਉਹ ਕਹਿੰਦੇ ਆ ਕਿ ਤੁਸੀਂ ਸਾਨੂੰ 20,000 ਰੁਪਏ ਪੇਮੈਂਟ ਕਰੋ, ਜਿਹੜੇ ਪਾਰਸਲ ਦੀ ਹੈ ਫੀਸ ਉਹ ਲੱਗੂਗੀ, ਔਰ ਸਾਡੇ ਕੰਟੇਨਰ ਹੈ ਫੌਜ ਦੇ ਉਹ ਤੁਹਾਡੇ ਤੱਕ ਪਾਰਸਲ ਕਰ ਦੇਣਗੇ, ਵਿਲਟੀ ਕਰ ਦੇਣਗੇ। ਸਾਨੂੰ ਯਕੀਨ ਲੱਗਦਾ ਹੈ ਕਿ ਫੌਜ ਦਾ ਜਿਹੜਾ ਹੈਗਾ ਕੋਈ ਸਿਪਾਹੀ ਕਦੇ ਵੀ ਇਸ ਤਰ੍ਹਾਂ ਦੀ ਠੱਗੀ ਨਹੀਂ ਕਰੂਗਾ, ਉਹਨਾਂ ਦੀਆਂ ਗੱਲਾਂ 'ਚ ਆ ਕੇ ਅਸੀਂ ਉਹਨਾਂ ਦੇ ਪੈਸੇ ਜਮ੍ਹਾਂ ਕਰਵਾ ਦਿੰਦੇ ਹਾਂ। ਔਰ ਉਦੋਂ ਪਤਾ ਲੱਗਦਾ ਹੈ ਜਦੋਂ 70-80 ਹਜ਼ਾਰ ਜਾਂ 1 ਲੱਖ ਰੁਪਏ ਦੇ ਨੇੜੇ ਆਪਾਂ ਰਾਸ਼ੀ ਉਹਦੇ ਖਾਤੇ ਜਮ੍ਹਾਂ ਕਰਾ ਦਿੰਦੇ ਹਾਂ, ਔਰ ਫਿਰ ਪਤਾ ਲੱਗਦਾ ਹੈ ਕਿ ਇਹ ਕੋਈ ਫੌਜੀ ਨਹੀਂ ਹੈਗਾ, ਇਹ ਕੋਈ ਠੱਗ ਹੈ। ਦੂਜੇ ਦੋਸਤੋ, ਏਟੀਐਮ ਦੇ ਨੰਬਰਾਂ ਵਾਲੀ ਜਿਹੜੀ ਠੱਗੀ ਹੈ ਉਹ ਉਸ ਤਰ੍ਹਾਂ ਬਹੁਤ ਮਾਮਲੇ ਆ ਚੁੱਕੇ ਆ, ਬਹੁਤ ਸਾਰੇ ਲੋਕ ਜਾਗਰੂਕ ਵੀ ਹੈ, ਉਹ ਤੁਹਾਨੂੰ ਹਜੇ ਵੀ ਪਰ ਸ਼ਿਕਾਰ ਹੋ ਜਾਂਦੇ ਆ, ਭੋਲੇ ਭਾਲੇ ਲੋਕ ਹੈ ਜਿਹੜੇ ਉਹ ਤੁਹਾਨੂੰ ਕਹਿੰਦੇ ਕਿ ਤੁਹਾਡਾ ਏਟੀਐਮ ਬੰਦ ਕਰ ਦਿੱਤਾ ਜਾਏਗਾ। ਜੇ ਕੋਈ ਸਮਝਦਾਰ ਆ ਉਹ ਤਾਂ ਨਹੀਂ ਨੰਬਰ ਦਿੰਦਾ, ਔਰ ਜਿਹਨੂੰ ਨਹੀਂ ਪਤਾ ਉਹਨਾਂ ਨੂੰ ਕਹਿਣਗੇ ਕਿ ਤੁਹਾਡਾ ਏਟੀਐਮ ਨੰਬਰ ਹੈ ਜਿਹੜਾ ਉਹ ਦੱਸੋ ਸਾਨੂੰ, ਨਹੀਂ ਤਾਂ ਏਟੀਐਮ ਅੱਜ ਸ਼ਾਮ ਤੱਕ ਬੰਦ ਹੋ ਜਾਏਗਾ। ਤਾਂ ਉਹ ਉਹਨਾਂ ਤੋਂ ਏਟੀਐਮ ਨੰਬਰ ਲੈਂਦੇ ਆ, ਉਸ ਤੋਂ ਬਾਅਦ ਓਟੀਪੀ ਪਾਸਵਰਡ ਲੈਂਦੇ ਆ, ਔਰ ਐਸੇ ਕਰਕੇ ਉਹਦੇ ਏਟੀਐਮ ਦੇ ਨੰਬਰ ਦੇ ਜਿਹੜਾ ਖਾਤਾ ਹੈ ਉਹ ਨੰਬਰ ਲੈ ਕੇ ਉਹ ਹੈ 1000 ਰੁਪਏ ਦੀ ਠੱਗੀ ਕਰ ਲੈਂਦੇ ਆ। ਜਿਹੜੇ ਏਟੀਐਮ ਤੋਂ ਨੰਬਰ ਲੈਣ ਦੀ ਗੱਲ ਹੈਗੀ ਉਸ 'ਚ ਦੋਸਤੋ ਸੇਫ ਉਹ ਠੱਗ ਇਸ ਤਰ੍ਹਾਂ ਰਹਿੰਦੇ ਆ ਕਿ ਉਹ ਕੋਈ ਚੀਜ਼ ਔਨਲਾਈਨ ਪਰਚੇਜ ਕਰ ਰਹੇ ਹੁੰਦੇ ਆ, ਜਿੱਥੇ ਜਦੋਂ ਪੇਮੈਂਟ ਮੋਡ ਹੁੰਦਾ, ਪੇਮੈਂਟ ਮੋਡ 'ਤੇ ਨੰਬਰ ਭਰਨਾ ਹੁੰਦਾ ਹੈਗਾ ਡੈਬਿਟ ਕਾਰਡ ਦਾ, ਏਟੀਐਮ ਕਾਰਡ ਦਾ, ਤਾਂ ਉਹ ਤੁਹਾਡੇ ਤੋਂ ਤੁਰੰਤ ਨੰਬਰ ਕਿਸੇ ਨਾ ਕਿਸੇ ਨੂੰ ਉਹ ਨੰਬਰ ਉਹਨਾਂ ਕੋਲ ਬਹੁਤ ਸਾਰੇ ਜਿਹੜੇ ਆ ਉਹ ਚੱਕ ਲੈਂਦੇ ਹੈਗੇ, ਕੰਪਨੀਆਂ ਤੋਂ ਨੈੱਟ ਤੋਂ ਚੱਕ ਲੈਂਦੇ ਹੈਗੇ, ਉਹ ਨੰਬਰ 'ਤੇ ਕਾਲ ਕਰਨਗੇ ਔਰ ਜੇ ਤੁਹਾਨੂੰ ਉਹ ਫੋਨ ਕਰਕੇ ਪੁੱਛਣਗੇ ਜਿਹੜਾ ਜਿਹੜੇ ਨੇ ਦੱਸਤਾ ਉਹਦਾ ਨੰਬਰ, ਓਟੀਪੀ ਭਰਦੇ ਸਾਰ ਹੀ ਉਹ ਚੀਜ਼ ਪਰਚੇਜ ਕਰ ਲੈਣਗੇ, ਕਿਉਂਕਿ ਉਹ ਕੰਪਨੀ ਹੈ ਜਿਹੜੀ ਚੀਜ਼ ਪ੍ਰੋਡਕਟ ਵੇਚ ਰਹੀ ਹੈ, ਚਾਹੇ ਐਮੇਜਨ ਹੈ ਚਾਹੇ ਹੋਰ ਹੈ, ਪਰ ਉਹ ਇੱਕ ਨੰਬਰ 'ਚੋਂ ਤਾਂ ਉਹਨੂੰ ਇੱਕ ਨੰਬਰ 'ਚ ਦੇ ਰਹੇ ਆ ਕਿਉਂਕਿ ਉਹਨਾਂ ਨੇ ਡੈਬਿਟ ਕਾਰਡ ਤੋਂ ਪੈਸੇ ਲਏ ਆ ਔਰ ਪ੍ਰੋਡਕਟ ਉਹ ਠੱਗ ਆਪਦੇ ਕੋਲ ਮੰਗਵਾ ਲੈਂਦੇ ਆ, ਤਾਂ ਉੱਥੇ ਵੀ ਸਾਨੂੰ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਕਿਸੇ ਨੂੰ ਵੀ ਆਪਣਾ ਓਟੀਪੀ ਨੰਬਰ ਨਾ ਦਿਓ, ਕਿਸੇ ਨੂੰ ਡੈਬਿਟ ਕਾਰਡ ਦਾ ਨੰਬਰ ਵੀ ਨਾ ਦੱਸੋ।
तो दोस्तों इसे दे नाल ही जिहड़ी हैगी है एक लोन जिहड़ा हैगा वो बहुत सारे कंटेंट इस तरह दे हुंदे कि 5 मिंटां च लोन लो सिर्फ आधार कार्ड ते, कदे भी कल्ले आधार कार्ड ते पैन कार्ड ते। कोई भी कंपनी है जिहड़ी वो इन्नी वड्डी राशि नहीं दिंदी, 5 लाख दी है जां 4 लाख दी है। तो इस तरह एक साडा मित्र सीगा उहदे नाल भी इसे तरह दी लोन दे लालच च, छोटा दुकानदार सी, उहने इसे तरह दे एक मैसेज देखिया व्हाट्सएप ते कि फार्म लिंक तुसीं ओपन करके भरो और तुहानू है जिहड़ा 3 लख रुपए की है जिहड़ी लोन दिती जाऊगी बिना ब्याज तो। वो अपना आधार कार्ड नंबर वगैरह सारा मोबाइल नंबर डेट ऑफ बर्थ भरता और अगले दिन वो तो फोन आता किसी ठग का कि थोड़ा जिहड़ा लोन पास हो गया और इस दे बदले तुहानू जिहड़ा खर्चा देना पवेगा जिहड़ा कागज कार्रवाई का कर करा के कुल मिला के उतो 2-3 बारे चो 10-12 हज़ार रुपये उन्होंने तो अपने खाते ट्रांसफर करवा लेंगे है। वो बकायदा कोई फेक आइडिया भी तुम्हें सेंड करते हैं जिस करके सूँ यकीन भी हो जाता है कि हाँ कोई बंदा वाकई है। दोस्तों एक थोड़ा जहा अंदाजा भी लाया जा सकता है कि जो कोई यूपी बिहार या राजस्थान बैठा आपू 5 लख या 3 लख रुपए का लोन दे रहा है तो की किस गरंटी पर दे सकता है? आप किसी बिना किसी गरंटी तो की दे सकते हैं पैसे, और वो भी की गरंटी है कि जो पैसे आपू दे भी दिता तो आप पैसे है जोड़े पूरे वो बिना ब्याज तो मोड़ देंगे। तो कोई भी इस तरह का है जोड़ा वो कोई भी कंपनी हैगी बिना किसी गरंटी वरंटी तो या किसी आईडी लेके वो तुम्हें लोन नहीं देगी, कोई इन्नी वीड्डी राशि नहीं देगी। ये खुद सोचने दिया गल् है कि किस तरह के जोड़े असी ठगी का शिकार हो रहे हैं। सो दोस्तों ये वीडियो तुम्हें किस तरह लगी, इस वीडियो में ज़्यादा तो ज़्यादा शेयर करो ताकि थोड़े नाल होर बहुत सारे थोड़े दोस्त है जिहड़े ये ठग गिरोह तो बच सकन। वीडियो में शेयर करो, लाइक और कमेंट करके जरूर दस्यो। जेकर अजे तक इस चैनल में सबसक्राइब नहीं किया तो चैनल में सबसक्राइब करके घंटी का बटन प्रेस जरूर करो ताकि आने वाली हर खबर का नोटिफिकेशन थोड़े तक पहुँचता रहे और होर नवी नवी जानकारियां थोड़े तक पहुँचाता रहिए। बहुत बहुत धन्यवाद।